पका लेती है, बहुत ज्यादा गर्मी। बिस्मिल्लाहिर्रहमानिर्रहीम, अस्सलाम वालेकुम प्यारे मैन भाई, क्या हाल चाल है आप सब? ठीक है, मैं भी अल्लाह पाक दे फजल करम नाल बिल्कुल ठीक ठाक हूं। ये तो वेलकम करती है आपने सारा मैन भाई, अल्लाह पाक से सारे दी हिफाजत करे, अल्लाह पाक सब ने अपने इज्जत मान है कि अल्लाह पाक गर्मी को बचाए रखे। गर्मी बहुत ज्यादा है पूरे पंजाब, पूरे मुल्क पाकिस्तान में इस दफा गर्मी का रिकॉर्ड जो है ना हमारे पास, तो दिन ब दिन जो है ना सुबह से लेकर शाम तक ना इतना ज्यादा जा रहा है। तो अभी शाम को कुछ ना कुछ तो हम गर्मी का जो है ना तोड़ कर लेते हैं, क्योंकि तो घास वगैरह को पानी लगा लेते हैं, सेन में पानी लगा लेते हैं। अभी शाम का जो है ना खाना वो बनाने लगी हूँ, तो अपने बहन भाइयों को साथ जो है ना वो शेयर करूंगी। अभी माशाल्लाह से मैंने जो है ना हर चीज सेट कर रही थी, आज मैं क्या बना रही हूँ, मेरे ख्याल से पूरे जब से मौसम गर्मा शुरू हुआ तो आज पहली दफ़ा जो है ना चिकन बना रही हूँ। चिकन की बड़ी मज़ेदार जो है रेसिपी बनाने लगी हूँ, तो मैं किस तरह बनाती हूँ अपने बहन भाइयों को साथ जो है शेयर करने लगी हूँ। वो हर चीज़ मैंने जब सेट कर ली है तो सब कुछ मैंने मतलब मुर्गी जो है ना 1 किलो इसको भी ढो लिया, बाकी मसाले वगैरह जो है ना वो भी सब कुछ मैंने इधर रख लिया, आग वगैरह जो है ना वो भी जला ली, क्योंकि लोग जो है ना बनाने में ज़्यादा जो है ना वो लेट ना हो, जल्दी जल्दी बन जाए। तो सबसे पहले मैंने 1.5 चम्मच जो चमचा घी का है वो इसके अंदर डाल दिया, तो क्या क्या डालूंगी कैसे बनाऊंगी और जो है ना मज़ेदार सी। हाँ जी, सबसे पहले जरा ना आपा मैं घी उत्ते गर्म करने वास्ते रख दिता, पहले थोड़ा जरा अपना खाण पीण का काम करन लगी है या अपना लोग बनाना शुरू कर लिया, इसका मिनी धुप होंगी ना, तो हर रोज मतलब है तो थोड़ा जहाँ असर तो बाद ही मैं काम करना शुरू कर दी हाँ, तो अपना जरा ना फिर सूरज रूप होने वाला होंगे, शाम होने वाली होंगी है, तो अपना जरा ना सबसे पहले आज मैं की करन लगी हाँ, प्याज टमाटर से प्याज जो है ना मैं हल्का जहा फ्राई करा, फ्राई करने के बाद फिर जो है ना आप मुर्गी और पावगी। अज जरा ट्रैक्टर लै खेतों वाल चलने, क्योंकि हल चला लगे न अपना जमीन का वक्त जरा ना वह कुछ हो गया, तो इस टाइम फिर खेतों पर जो कम शाम चलता तो बार आवाज जो ਜਦੋਂ ਤੱਕ ਸਾਡਾ ਮਤਲਬ ਹੈ ਕਿ ਪਿਆਜ਼ ਅਤੇ ਅਦਰਕ ਫਰਾਈ ਹੁੰਦੇ ਨਾ ਉਦੋਂ ਤੱਕ ਨਾਲ ਮੈਂ ਆਪਣਾ ਮਸਾਲਾ ਜਿਹੜਾ ਨਾ ਆ ਲਹਿਸਨ ਅਤੇ ਅਦਰਕ ਜਿਹੜਾ ਨਾ ਇਹਦੀ ਫਰਾਈ ਕਰ ਲੈਂਦੀ ਹਾਂ। ਅਤੇ ਆਪਣਾ ਹੁਣ ਜਿਹੜਾ ਨਾ ਪਿਆਜ਼ ਅਤੇ ਟਮਾਟਰ ਜਿਹੜਾ ਨਾ ਉਹ ਹਲਕੇ ਜਿਹੇ ਮੈਂ ਮਤਲਬ ਫਰਾਈ ਕੀਤੇ ਹਨ, ਜਿਹਦੇ ਨਾਲ ਥੋੜ੍ਹੇ ਜਿਹੇ ਨਰਮ ਹੋ ਜਾਣਗੇ, ਅਤੇ ਗ੍ਰੈਂਡਰ ਦੇ ਵਿੱਚ ਪਾ ਕੇ ਇਹਨਾਂ ਨੂੰ ਕਰਾਂਗੀ ਮੈਂ ਗ੍ਰੈਂਡ, ਅਤੇ ਇਸਨੂੰ ਆਪਾਂ ਕੱਢ ਲੈਂਦੇ ਹਾਂ। ਬਾਕੀ ਜਿਹੜਾ ਹੈ ਆਪਣਾ ਇਹਦੇ ਪਾਉਂਦੇ ਹਾਂ ਸਾਬਤ ਧਨੀਆ, ਕੁਝ ਗਰਮ ਮਸਾਲਾ ਸਾਬਤ ਜਿਹੜਾ ਨਾ ਉਹਨੂੰ ਫਰਾਈ ਕਰਾਂਗੀ, ਕਿਉਂਕਿ ਆਪਣਾ ਘੀ ਤਾਂ ਪਹਿਲੇ ਹੀ ਗਰਮ ਹੈ, ਨਾਲ ਆਪਣੀ ਮੁਰਗੀ ਜਿਹੜੀ ਆ ਉਹ ਪਾ ਦਿੰਦੇ ਹਾਂ।
ਆਪਣਾ ਗੋਸ਼ਤ ਜਿਹੜਾ ਨਾ ਉੱਤੇ ਫਰਾਈ ਕਰਨਾ ਮੈਂ ਰੱਖ ਦਿੱਤਾ ਹੈ, ਅਤੇ ਹੁਣ ਜਿਹੜਾ ਟਮਾਟਰ ਮਤਲਬ ਚਾਰ ਟਮਾਟਰ ਮੈਂ ਚਾਰ ਕੇ ਪੰਜ ਟਮਾਟਰ ਡਾਲੇ ਔਰ ਚਾਰ ਹੀ ਮੈਂ ਪਿਆਜ਼ ਡਾਲੇ, ਇਹਨਾਂ ਨੂੰ ਹੁਣ ਮੈਂ ਗ੍ਰੈਂਡ ਕਰਕੇ ਲਿਆਵਾਂਗੀ, ਫਿਰ ਜਿਹੜਾ ਨਾ ਜਦੋਂ ਤੱਕ ਗੋਸ਼ਤ ਫਰਾਈ ਹੋਵੇਗਾ ਫਿਰ ਬਾਅਦ ਜੇ ਮਸਾਲੇ ਇਹਦੇ ਵਿੱਚ ਪਾਵਾਂਗੀ। ਇਨਸ਼ਾਅੱਲਾ ਬਹੁਤ ਹੀ ਮਜ਼ੇਦਾਰ ਜਿਹੜਾ ਨਾ ਇਹ ਚਿਕਨ ਦੀ ਰੈਸਿਪੀ ਮੈਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਨ ਲੱਗੀ ਹਾਂ। ਅਤੇ ਪੰਜਾਬ ਵਿੱਚ ਰਹਿੰਦੇ ਹਾਂ, ਮੈਂ ਬਣਾਉਂਦੀ ਹਾਂ, ਕੋਈ ਯੂਟਿਊਬ ਤੋਂ ਮੈਂ ਨਹੀਂ ਹਾਂ ਸਿੱਖੀ, ਕਿਉਂਕਿ ਅਸੀਂ ਮੈਂ ਆਪ ਹੀ ਬਣਾਉਂਦੀ ਹਾਂ, ਅਤੇ ਅੱਜ ਆਪਣੇ ਭੈਣ ਭਾਈਆਂ ਨਾਲ ਵੀ ਸ਼ੇਅਰ ਕਰਨ ਲੱਗੀ ਹਾਂ ਕਿਸ ਤਰੀਕੇ ਨਾਲ ਬਣਾਈ ਸੀ, ਅਤੇ ਇਹਨਾਂ ਨੂੰ ਗ੍ਰੈਂਡ ਕਰਕੇ ਲਿਆਉਂਦੀ ਹਾਂ। ਮੈਂ ਕਿਹਾ ਨਾਲ ਨਾਲ ਥੋੜ੍ਹਾ ਥੋੜ੍ਹਾ ਜਿਹੜਾ ਨਾ ਆਪਣਾ ਆਟਾ ਉਹ ਵੀ ਗੁੰਨ ਕੇ ਤਿਆਰ ਕਰ ਲਈਏ, ਅਤੇ ਆਪਣਾ ਮੁਰਗੀ ਜਿਹੜੀ ਨਾ ਉਹ ਸਾਡੀ ਫਰਾਈ ਹੁੰਦੀ ਫਿਰ, ਅਤੇ ਬਾਕੀ ਪਿਆਜ਼ ਦਾ ਮਸਾਲਾ ਅਤੇ ਆਪਣਾ ਟਮਾਟਰ ਦਾ ਉਹ ਮੈਂ ਗ੍ਰੈਂਡ ਕਰ ਲਿਆ, ਉਹ ਵੀ ਆਪਣੇ ਭੈਣ ਭਾਈਆਂ ਨੂੰ ਦਿਖਾਉਂਦੀ ਹਾਂ, ਸ਼ੇਅਰ ਕਰਦੀ ਹਾਂ। ਲਸਣ ਅਦਰਕ ਦਾ ਪੇਸਟ ਜਿਹੜਾ ਉਹ ਵਿੱਚ ਪਾ ਕੇ ਨਾਲ ਫਰਾਈ ਕਰਾਂਗੇ। ਅਤੇ ਟਮਾਟਰ ਅਤੇ ਪਿਆਜ਼ ਜਿਹੜੇ ਨਾ ਉਹ ਮੈਂ ਥੋੜ੍ਹਾ ਜਿਹਾ ਪਾਣੀ ਪਾ ਕੇ ਕੀਤਾ ਗ੍ਰੈਂਡ, ਅਤੇ ਹੁਣ ਇਹਨਾਂ ਵਿੱਚ ਆਪਾਂ ਜਿਹੜਾ ਨਾ ਮਸਾਲੇ ਉਹ ਪਾਵਾਂਗੀ, ਕਿਉਂਕਿ ਮਸਾਲੇ ਥੋੜ੍ਹੀ ਦੇਰ ਨਾ ਉਸਨੇ ਇਸ ਦੇ ਵਿੱਚ ਹੀ ਭਿਗੋ ਪਾ ਦੇਵਾਂਗੀ ਤਾਂ ਉਹ ਭਿੱਗੇ ਰਹਿਣ ਜਾਣਗੇ, ਅਤੇ ਇਨਸ਼ਾਅੱਲਾ ਟੇਸਟ ਜਿਹੜਾ ਨਾ ਬੜਾ ਮਜ਼ੇਦਾਰ ਬਣੇਗਾ। ਹਲਦੀ ਪਾਈ, ਇਹ ਆਪਣਾ ਨਿਮਕ ਪਾਇਆ, ਤੋ ਇੱਕ ਚਮਚ ਜੋ ਹੈ ਨਾ ਸੁਰਖ ਮਿਰਚ ਕੀ ਉਹ ਡਾਲ ਰਹੀ ਹੋ, ਇਹ ਮਿਕਸ ਕਰਕੇ ਨਾ ਰੱਖ ਦੇਈਏ, ਅਤੇ ਇਨਸ਼ਾਅੱਲਾ ਜਿਹੜਾ ਨਾ ਮਸਾਲੇ ਨਿਮਕ ਮਿਰਚਾਂ ਹਲਦੀ ਜਿਹੜਾ ਨਾ ਅਤੇ ਗਰਮ ਮਸਾਲਾ ਇਹ ਭਿਗੋ ਕੇ ਵਿੱਚ ਇਸ ਮਸਾਲਾ ਜਿਹੜਾ ਗ੍ਰੈਂਡ ਕੀਤਾ ਸੀ ਇਹਦੇ ਵਿੱਚ ਪਾ ਕੇ ਆਪਣਾ ਰੱਖ ਦਿੱਤਾ, ਅਤੇ ਜਦੋਂ ਤੱਕ ਆਪਣਾ ਗੋਸ਼ਤ ਫਰਾਈ ਹੁੰਦਾ ਫਿਰ ਉਸ ਤੋਂ ਬਾਅਦ ਜਿਹੜਾ ਵਿੱਚ ਇਹ ਮਸਾਲੇ ਜਿਹੜੇ ਨਾ ਉਹ ਪਾਵਾਂਗੇ, ਅਤੇ ਸਬਜ਼ ਮਿਰਚਾਂ ਨੇ ਵੀ ਨਾ ਆਪਣੀਆਂ ਨਾਲ ਇੱਥੋਂ ਹੀ ਤੋੜ ਕੇ ਨਾਲੋਂ ਪਾ ਲੈਂਦੇ ਹਾਂ ਤਾਜ਼ਾ ਤਾਜ਼ਾ ਫਰੈਸ਼ ਫਰੈਸ਼। ਅਭੀ ਦੇਖ ਛੇ ਜੋ ਹੈ ਨਾ ਸਬਜ਼ ਮਿਰਚਾਂ ਉਹ ਇਸ ਕੇ ਅੰਦਰ ਮੈਂ ਡਾਲਨੇ ਲੱਗੀ ਹਾਂ। ਅੱਜ ਮੈਂ ਦੇਖ ਰਹੀ ਸੀ ਕਿ ਮਿਰਚਾਂ ਜੋ ਹੈ ਨਾ ਮੇਰੀ ਕੁਛ ਅਚਾਰ ਵੀ ਕਾਬਲ ਹੋ ਗਈਆਂ, ਥੋੜ੍ਹਾ ਸਾ ਮਤਲਬ ਮਿਰਚੇ ਤੋੜ ਕੇ ਨਾ ਅਚਾਰ ਵੀ ਜੋ ਹੈ ਨਾ ਉਹ ਵੀ ਡਾਲ ਦਿੰਦੇ। ਅਭੀ ਹਮਾਰਾ ਜੋ ਲਹਿਸਨ ਅਦਰਕ ਉਹ ਵੀ ਫਰਾਈ ਹੋ ਚੁੱਕਾ ਹੈ, ਤੋ ਗੋਸ਼ਤ ਵੀ ਮਾਸ਼ਾਅੱਲਾ ਜੋ ਹੈ ਨਾ ਥੋੜ੍ਹਾ ਥੋੜ੍ਹਾ ਸੁਰਖ ਜੋ ਹੈ ਨਾ ਉਹ ਹੋ ਚੁੱਕਾ, ਤੋ ਅਭੀ ਜੋ ਮਸਾਲਾ ਮੈਂ ਸਾਰਾ ਗ੍ਰੈਂਡ ਕੀਆ ਉਹ ਇਸ ਕੇ ਅੰਦਰ ਜੋ ਹੈ ਨਾ ਉਹ ਡਾਲਤੀ ਹੂੰ।
ਜੱਕ ਅੰਦਰ ਵੀ ਮੈਨੂੰ ਪਾਣੀ ਡਾਲਣ ਡਾਲ ਕੇ ਇਸਕੇ ਅੰਦਰ ਜਦੋਂ ਡਾਲ ਦੀ ਤਾਂ ਨਮਕ ਵਿੱਚੇ ਮੈਂ ਆਪਣੇ ਟੇਸਟ ਕੇ ਹਿਸਾਬ ਕਿਸੇ ਡਾਲੀ ਹੈ ਕਿਉਂਕਿ 1 ਕਿਲੋ ਮੁਰਗੀ ਹੈ ਹਮਾਰੀ ਤੋ ਅਭੀ ਮਾਸ਼ਾਅੱਲਾ ਅੱਛੀ ਤਰ੍ਹਾਂ ਜੋ ਇਸਕੋ ਮਸਾਲੇ ਕੋ ਜੋ ਨਾ ਇਸਕੀ ਫਰਾਈ ਕਰੇਂਗੇ ਔਰ ਬਣਾਈ ਕਰੇਂਗੇ ਔਰ ਇਸਕੋ ਪਕਾਏਂਗੇ ਤੋ ਤਬ ਤੱਕ ਕੇ ਲਈ ਮੈਂ ਨਾ ਇਸਕੋ ਛੋੜ ਦੇਤੀ ਹੂੰ ਤੋ ਅਭੀ ਜੋ ਨਾ ਤੰਦੂਰੀ ਉਸਕੋ ਮਤਲਬ ਹੈ ਕਿ ਜਲਾ ਕੇ ਅਤੇ ਰੋਟੀਆਂ ਜੋ ਹੈ ਨਾ ਵੋ ਲਗਾਉਣੇ ਕੇ ਲਈ ਜਾ ਰਹੀ ਹੂੰ ਬਾਅਦ ਮੈਂ ਇਨਸ਼ਾਅੱਲਾ ਜਬ ਵੀ ਸਾਲਨ ਤਿਆਰ ਹੋ ਗਈ ਬਾਕੀ ਆਪਣੇ ਮਹਿਮਾਨ ਭਾਈਓ ਕੇ ਸਾਥ ਤੰਦੂਰੀ ਕੀ ਰੋਟੀ ਔਰ ਸਾਲਨ ਦੋਨੋਂ ਚੀਜ਼ ਸ਼ੇਅਰ ਕਰੂੰਗੀ ਤੰਦੂਰੀ ਜਿਹੜੀ ਨਾ ਉਹਦੇ 'ਚ ਮੈਂ ਝੁਲਕਾ ਪਾ ਕੇ ਆਈ ਹਾਂ ਬਹੁਤ ਜ਼ਿਆਦਾ ਗਰਮੀ ਮੈਂ ਪਾਣੀ ਪੀ ਲਵਾਂ ਹੁਣ ਆਟਾ ਜਿਹੜਾ ਨਾ ਗਰਮ ਲੈਣਾ ਹੈ ਨਾਲੇ ਸਾਲਨ ਲੈਣਾ ਆਪਣੇ ਭੈਣ ਭਾਈ ਨੂੰ ਦੁਬਾਰਾ ਚੈੱਕ ਕਰਾ ਦਿੰਦੇ ਹਾਂ ਦੇਖੋ ਮਾਸ਼ਾਅੱਲਾ ਜਿਹੜੇ ਨੇ ਸਾਲਨ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਫਿਰ ਵੀ ਇਹਨਾਂ ਨੂੰ ਮੈਂ ਹਲਕਾ ਹਲਕਾ ਮਤਲਬ ਇਹਨਾਂ ਦਮ 'ਤੇ ਰੱਖ ਕੇ ਜਾਵਾਂਗੀ ਥੋੜ੍ਹੀ ਬਹੁਤੀ ਜਿਹੜਾ ਨਾ ਆਪਣਾ ਗੀ ਜਿਹੜਾ ਨਾ ਉਹ ਛੋੜ ਦੇਵੇਗੀ ਅਤੇ ਹੁਣ ਜਿਹੜਾ ਨਾ ਆਪਣਾ ਰੋਟੀਆਂ ਤੰਦੂਰੀ ਤਲਾਉਣ ਜਾਂਦੇ ਹਾਂ ਨਾਲੇ ਆਪਣੇ ਭੈਣ ਭਾਈਆਂ ਨਾਲ ਜਿਹੜਾ ਨਾ ਸ਼ੇਅਰ ਕਰ ਦਿੰਦੇ ਹਾਂ ਆ ਰੋਟੀ ਖਾਣ ਸਭੀ ਇਸ ਟਾਈਮ ਹਰ ਪਾਸੇ ਬੰਦੇ ਦਾ ਹੱਥ ਹੁੰਦਾ ਕੰਮ ਦਾ ਇਹ ਗਰਮੀ ਉਹਨੇ ਜ਼ਰੀਰ ਕੀਤਾ ਉਸਦਾ ਫਿਰ ਸਾਲਨ ਰੋਟੀ ਦੇਖਭਾਲ ਸਭ ਕੁਛ ਮੇਰਾ ਜੋ ਭੈਣ ਭਾਈ ਯੂਟਿਊਬ ਚੈਨਲ ਦੇਖਦੇ ਹੈ ਆਮ ਮੇ ਸੇ ਕਿਸੀ ਕੋ ਤੰਦੂਰੀ ਪੇ ਰੋਟੀਆਂ ਲਗਾਉਣੀ ਆਤੀ ਹੈ ਤੋ ਕਮੈਂਟਸ ਕਰਕੇ ਜ਼ਰੂਰ ਬਤਾਨਾ ਕਿਸ ਭੈਣ ਕੋ ਰੋਟੀਆਂ ਲਗਾਉਣੀ ਆਤੀ ਹੈ ਤੰਦੂਰ ਜਾਂ ਕਿਸੀ ਭਾਈ ਕੋ ਮੈਂ ਆਪਕੇ ਕਮੈਂਟਸ ਅੱਛੇ ਅੱਛੇ ਕਮੈਂਟਸ ਪੜ੍ਹਤੀ ਵੀ ਹੂੰ ਦੇਖਤੀ ਵੀ ਹੂੰ ਲਾਈਕ ਕਰਤੀ ਹੂੰ ਤੋ ਉਨਕਾ ਸ਼ੁਕਰੀਆ ਅਦਾ ਕਰਤੀ ਹੂੰ ਗਰਮੀਆਂ ਕਾ ਪੂਰਾ ਸੀਜ਼ਨ ਜੋ ਹੈ ਨਾ ਹਮ ਲੋਕ ਦੁਪਹਿਰ ਕੋ ਵੀ ਔਰ ਰਾਤ ਕੋ ਵੀ ਤੰਦੂਰੀ ਦੀ ਰੋਟੀ ਜੋ ਹੈ ਨਾ ਬਣਾ ਕੇ ਖਾਤੇ ਹੈ ਸੁਬਹ ਨਾਸ਼ਤੇ ਟਾਈਮ ਜੋ ਹੈ ਨਾ ਤਵੇ ਪੇ ਰੋਟੀ ਜੋ ਹੈ ਨਾ ਉਹ ਬਣਾਤੇ ਹੈ ਤੋ ਅਭੀ ਮੈਨੇ ਜੋ ਰੋਟੀਆਂ ਵੋ ਵੀ ਬਣਾ ਲਈਆਂ ਕਾਫੀ ਸ਼ਾਮ ਜੋ ਮਾਸ਼ਾਅੱਲਾ ਸੇ ਅਭੀ ਖਾਣੇ ਕਾ ਕਿਉਂਕਿ ਬੱਚੋਂ ਕੋ ਲਗੀ ਹੈ ਭੂਖ ਤੋ ਖਾਣਾ ਦੇਣੇ ਲੱਗੀ ਹੈ ਕਿਸ ਤਰ੍ਹਾਂ ਹਮ ਸ਼ਾਮ ਕਾ ਖਾਣਾ ਖਾਤੇ ਹੈ ਪਤਾ ਨਹੀਂ ਕੁਛ ਨਜ਼ਰ ਵੀ ਆ ਰਹਾ ਹੈ ਜਾਂ ਨਹੀਂ ਆ ਰਹਾ ਮਾਸ਼ਾਅੱਲਾ ਮੇਰੀ ਸਾਲਨ ਜੋ ਹੈ ਨਾ ਮੁਰਗੀ ਕੀ ਉਹ ਪੱਕ ਤਿਆਰ ਹੋ ਚੁੱਕੀ ਹੈ ਬੇਟਾ ਨਜ਼ਦੀਕ ਕੈਮਰਾ ਲੈ ਆਏ ਇਹਦਾ ਦਿਖਾਈ ਵੀ ਸੁਣ ਲਾਏ ਗਾ ਤੁਹਾਨੂੰ ਦੇਖ ਲਓ ਮਾਸ਼ਾਅੱਲਾ ਕਾਫੀ ਹੋ ਚੁੱਕਿਆ ਸਾਰਾ ਖਾਣਾ ਜੋ ਹੈ
अपने बहन भाइयों के साथ शेयर करती हूँ। तो ये देखो माशाल्लाह मेरी मुर्गी की सालन जो मैंने देसी तरीके से बनाई है अपने बहन भाइयों के साथ, जो मैंने शेयर की, तो साथ की मूली की रोटियाँ। तो अल्लाह आप सबकी हिफाजत फरमाए। अल्लाह हाफ़िज़।